ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ 'ਤੇ। ਅਤੇ ਅੱਜ ਆਪਾਂ ਕਰਦੇ ਹਾਂ ਰੇਹ ਪਾਉਣੀ ਸ਼ੁਰੂ ਝੋਨੇ ਨੂੰ। ਲੱਗੇ ਨੂੰ ਹਫ਼ਤਾ ਹੋ ਗਿਆ, ਹਫ਼ਤਾ 10 ਦਿਨ ਹੋ ਗਏ। ਅੱਜ ਆਪਾਂ ਪਹਿਲੀ ਰੇਹ ਪਾਉਣੀ ਆ ਅਤੇ ਇਕੱਲੀ ਯੂਰੀਆ ਹੀ ਪਾਵਾਂਗੇ, ਜੈਂਕ ਪਾਵਾਂਗੇ ਦੂਜੀ ਰੇਹ 'ਤੇ। ਚਲੋ ਆਪਾਂ ਤੁਹਾਨੂੰ ਝੋਨਾ ਵਿਖਾਉਂਦੇ ਜਿਹੜੇ 'ਤੇ ਜਿਹੜੇ 'ਚ ਆਪਾਂ ਰੇਹ ਪਾਉਣੀ ਆ। ਇਸ ਝੋਨੇ ਨੂੰ ਆਪਾਂ ਅੱਜ ਰੇਹ ਪਾਉਣ ਲੱਗਣਾ। ਇਹਨੂੰ ਹਫ਼ਤੇ ਤੋਂ ਉੱਤੇ ਹੋ ਗਿਆ ਲੱਗੇ ਨੂੰ। ਪਾਵਾਂਗੇ ਇਕੱਲੀ ਰੇਹ, ਹੋਰ ਕੁਛ ਨਹੀਂ ਪਾਉਣਾ। ਜੈਂਕ ਪਾਵਾਂਗੇ ਅਗਲੀ ਰੇਹ 'ਚ। ਅੱਜ ਹੈਗੀ ਹੈ ਥੋੜ੍ਹੀ ਜਿਹੀ ਗਰਮੀ, ਕੇਰਾਂ ਠੰਡ ਕਰਕੇ ਗਰਮੀ ਕਰਤੀ, ਬੱਦਲ ਫੇਰ ਆਊਗਾ ਲੱਗਦਾ। ਆਪਾਂ ਲੱਗ ਪਏ ਰੇਹ ਪਾਉਣ। ਅੰਦਾਜ਼ਾ ਆਪਾਂ 1.5 ਗੱਟਾ ਪਾਉਣਾ 3 ਕਿੱਲਿਆਂ 'ਚ। 2 ਗੱਟੇ ਕੱਢਿਆ ਬਾਹਰ, ਬਾਕੀ ਪਈ ਅੰਦਰ। ਅਤੇ ਆਪਾਂ ਰੇਹ ਪਾਵਾਂਗੇ 5 ਕਿੱਲਿਆਂ 'ਚ, 3 ਕਿੱਲਿਆਂ 'ਚ ਪਾਵਾਂਗੇ ਕੱਲ੍ਹ ਨੂੰ। ਇਹਨਾਂ 5 ਕਿੱਲਿਆਂ ਦੀ ਆਪਾਂ ਲਿਆ ਕੇ ਰੱਖ ਦਿੰਦੇ ਅੰਦਰ, ਮੁੜ ਕੇ ਲਿਆਉਣੀ ਔਖੀ ਆ। ਆਹ ਖਾਲ ਪੈ ਕੇ ਲਿਆਉਣੀ ਪੈਂਦੀ ਹੈ, ਫਿਰ ਡਿੱਗਣ ਦਾ ਡਰ ਹੈ। ਅਤੇ ਦੂਜੇ ਬਾਂਹ ਦੀ ਆਪਾਂ ਲਿਆਵਾਂਗੇ ਸਵੇਰੇ ਜਦੋਂ ਆਵਾਂਗੇ ਪੱਠੇ ਲੈਣ। ਗਰਮੀ ਕਰਤੀ ਥੋੜ੍ਹੀ ਜ਼ਿਆਦਾ, ਪਹਿਲਾਂ ਤਾਂ ਪੱਠਿਆਂ ਨੇ ਬੁਰਾ ਹਾਲ ਕਰਤਾ। ਮਾੜੀ ਹਵਾ ਚੱਲਦੀ ਹੈ ਅਤੇ ਹੁਣ ਆਪਾਂ ਲੱਗਾਂਗੇ ਰੇਹ ਖਿਲਾਰਨ। ਦੋਵਾਂ ਝੋਲੀਆਂ 'ਚ ਪਾ ਲਿਆ ਗੱਟਾ, ਜ਼ਿਆਦਾ ਨਹੀਂ ਇਹਦੇ 'ਚ ਬਈ। ਜਾਂ ਇੱਧਰ ਬਾਸਪਤੀ ਲੱਗਿਆ, ਉਹ ਹਰਾ ਜਿਹੜਾ ਜ਼ਿਆਦਾ ਹਰਾ ਦੀ ਝੋਨਾ, ਉਹ ਦੂਜਾ। ਆਹ ਬਾਸਪਤੀ ਹੈ 17-18। ਚੱਕੀਏ, ਹਾਂਜੀ ਬਸ। ਚਲੋ ਲੱਗਦੇ ਹੁਣ ਖਿਲਾਰਨ। ਹੈਂ ਪਰਲੇ ਚੱਲ ਵੜਦੇ ਹਾਂ, ਉੱਧਰੋਂ ਲੱਗ ਜਾਣੇ ਕੰਨੀ ਤੋਂ। ਇਹ ਤਾਂ ਪਾ ਤੀ, ਆਹ ਆਪਣੀ ਮੋਟਰ ਚੱਲੀ ਜਾਂਦੀ ਹੈ। ਲੱਗ ਪਏ ਖਿਲਾਰਨ। ਆਪਾਂ ਥੋੜ੍ਹੀ ਜਿਹੀ ਵੀਡੀਓ ਬਣਾ ਦਈਏ ਅਤੇ ਆਵੇ ਆਪਾਂ ਵੀ ਚੱਕੀ ਬੈਠੇ ਹਾਂ ਝੋਲੀ।
हाँ जी, आप रेख लारती पंजा किल्ले च, तीन गट्टा चाह वधे, अद्धा गट्टा किले का पिया। आप तीन गट्टे कढ़े सी, दो पहला कढ़े से एक बाद च, ते दो किले आह है, वह किले ते वट है, फिर उदूगा वट एक, ते तीन किले तां सी, ते अद्धा गट्टा पै गया किले का। जो दूजी अर पावे आप पावे पौना गट्टा, उस तो बाद फिर पौना गट्टा, तो दो गट्टे हो जाएंगे, फिर वेखा की आता है। ये अपनी अज की वीडियो, मिलते हैं किसी होर वीडियो नाल, ते अपने चैनल पर नवे आए तो कर लो सबसक्राइब, तो बैल आइकन दबा लो, ताकि आने वाली वीडियो थोड़े तक पहुँचती रहना।